ਅਮਨ ਨਾਲੇ ਭਾਈਚਾਰਾ ਦੀ ਲੋੜ ਹੈ, ਅਮਨ ਨਾਲੇ ਭਾਈਚਾਰਾ ਦੀ ਲੋੜ ਹੈ, ਇਤਫਾਕ ਦੀ ਤਰਫ ਇਸ਼ਾਰਾ ਦੀ ਲੋੜ ਹੈ। ਅਮਨ ਨਾਲੇ ਭਾਈਚਾਰਾ ਦੀ ਲੋੜ ਹੈ, ਇਤਫਾਕ ਦੀ ਤਰਫ ਇਸ਼ਾਰਾ ਦੀ ਲੋੜ ਹੈ। ਹੁਣ ਪੜ੍ਹਿਆ ਲਿਖਿਆ ਨੌਜਵਾਨਾਂ ਨੂੰ ਕਹੋ, ਆਇਆ ਵਾ ਇਹ ਮੁਸਲਮਾਨਾਂ ਨੂੰ ਕਹੋ, ਦਾਨਿਸ਼ਵਾਰ ਸਿਆਣਾ ਨੂੰ ਕਹੋ, ਏਕਤਾ ਦਾ ਇੱਕ ਨਾਰਾ ਦੀ ਲੋੜ ਹੈ, ਅਮਨ ਨਾਲੇ ਭਾਈਚਾਰਾ ਦੀ ਲੋੜ ਹੈ। ਸ਼ੁਕਰੀਆ ਜਫਰ ਸਾਹਿਬ ਨੇ, ਕਿਉਂਕਿ ਮੁਕਰ ਅਮਨ ਨਾਲੇ ਭਾਈਚਾਰਾ ਦੀ ਲੋੜ ਹੈ, ਇਤਫਾਕ ਦੀ ਤਰਫ ਇਸ਼ਾਰਾ ਦੀ ਲੋੜ ਹੈ। ਉਹ ਪੜ੍ਹਿਆ ਲਿਖਿਆ ਨੌਜਵਾਨਾਂ ਨੂੰ ਕਹੋ, ਆਇਆ ਵਾ ਇੱਕ ਮੁਸਲਮਾਨਾਂ ਨੂੰ ਕਹੋ, ਦਾਨਿਸ਼ਵਾਰ ਔਰ ਸਿਆਣਾ ਨੂੰ ਕਹੋ, ਏਕਤਾ ਦਾ ਇੱਕ ਨਾਰਾ ਦੀ ਲੋੜ ਹੈ, ਅਮਨ ਨਾਲੇ ਭਾਈਚਾਰਾ ਦੀ ਲੋੜ ਹੈ। ਅੱਜ ਕੀ ਹੈ ਕਿ ਹਿੰਦੂ ਮੁਸਲਿਮ ਸਿੱਖ ਈਸਾਈਆਂ ਨੂੰ ਕਹੋ, ਸਾਰਾ ਧਰਮ ਦਾ ਭਾਈਆਂ ਨੂੰ ਕਹੋ, ਇਨਸਾਨ ਹੈ ਸਾਰਾ ਇੱਕੋ ਹੈ, ਖੂਨ ਨੂੰ ਨਫ਼ਰਤ ਕੋ ਭਰਿਆ ਨਫ਼ਰਤ ਕੋ ਭਰਿਆ ਫਿੱਕੋ ਜਨੂਨ, ਐਸੀ ਨਫ਼ਰਤ ਨਾ ਨਾਰਾ ਦੀ ਲੋੜ ਹੈ, ਐਸੀ ਨਫ਼ਰਤ ਨਾ ਨਾਰਾ ਦੀ ਲੋੜ ਹੈ, ਅਮਨ ਨਾਲੇ ਭਾਈਚਾਰਾ ਦੀ ਲੋੜ ਹੈ। ਹਾਂ, ਇਸ ਕੋ ਆਖਰੀ ਸ਼ੇਰ ਆਤੇ ਹੈ, ਜੋ ਸ਼ੇਰ ਮੇਰੀ ਪਸੰਦ ਕੋ ਹੈ, ਕਿਉਂਕਿ ਇਸੇ ਵਾਸਤੇ ਮੈਂ ਨਜ਼ਮ ਸਾਰੀ ਕਹੀ ਹੈ। ਹਾਂ, ਪਿਛਲੋ ਨਾਲ ਹਿੰਦੂ ਮੁਸਲਿਮ ਸਿੱਖ ਈਸਾਈਆਂ ਨੂੰ ਕਹੋ, ਸਾਰਾ ਧਰਮ ਦਾ ਪਾਈਆਂ ਨੂੰ ਕਹੋ, ਇਨਸਾਨ ਹੈ ਸਾਰਾ ਇੱਕੋ ਹੈ, ਖੂਨ ਨੂੰ ਨਫ਼ਰਤ ਕੋ ਭਰਿਓ ਫਿੱਕੋ ਜਨੂਨ, ਐਸੀ ਨਫ਼ਰਤ ਨੂੰ ਆਰਾ ਦੀ ਲੋੜ ਹੈ, ਅਮਨ ਨਾਲੇ ਭਾਈਚਾਰਾ ਦੀ ਲੋੜ ਹੈ। ਹੁਣ ਅੱਜ ਕੀ ਹੈ ਕਿ ਹੁਣ ਮਜ਼ਬਾਨ ਵੰਡਣ ਦਾ ਵੋਟਾਂ ਦੀ ਹੁਣ ਮਜ਼ਬਾਨ ਵੰਡੇਗਾ ਵੋਟਾਂ ਦੀ ਖਾਤਰ ਹੁਣ ਮਜ਼ਬਾਨ ਵੰਡੇਗਾ ਵੋਟਾਂ ਦੀ ਖਾਤਰ ਕੁਰਸੀ ਕੋ ਨਸ਼ੋ ਤੇ ਨੋਟਾਂ ਦੀ ਖਾਤਰ ਕੌਮਾਂ ਕਬੀਲਾਂ ਤੇ ਜ਼ਾਤਾਂ ਨਾ ਵੰਡੇਗਾ ਨਫ਼ਰਤ ਕਾ ਬੋਰਾ ਸੁਗਾਤਾਂ ਨੂੰ ਵੰਡੇਗਾ। ਕੀ ਬਾਤ ਹੈ, ਕੀ ਬਾਤ ਹੈ। ਹਾਂ ਹਾਂ, ਵੈਗੋ ਐਸੋ, ਹਾਂ ਵੈਗੋ ਐਸੋ, ਹਾਂ ਵੈਗੋ ਐਸੋ, ਇਲੈਕਸ਼ਨ ਨੇੜੇ ਹੈ ਹੁਣ, ਹਾਂ ਹਾਂ ਵੈਗੋ ਐਸੋ, ਇਲੈਕਸ਼ਨ ਨੇੜੇ ਹੈ, ਤਮਣੋ ਬਖੇਰੋਂ ਕੋ ਐਕਸ਼ਨ ਨੇੜੇ ਹੈ, ਹੁਣ ਐਸੀ ਸਿਆਸਤ ਕਾ ਹੁਣ ਐਸੀ ਸਿਆਸਤ ਤੇ ਕਿਨਾਰਾ ਦੀ ਲੋੜ ਹੈ, ਅਮਨ ਨਾਲੇ ਭਾਈਚਾਰਾ ਦੀ ਲੋੜ ਹੈ। ਇੱਕ ਹੋਰ ਨਜ਼ਮ ਹੈ, ਮਜ਼ਾ ਹੀ ਹੈ, ਕਦੇ ਤੁਮ ਬਰਦਾਸ਼ਤ ਕਰ ਸਕੇ ਤੇ ਤਾਂ